ਧੀਆਂ ਦੇ ਰਖਵਾਲੇ ਸੰਸਥਾ ਦੇ ਪ੍ਰਧਾਨ ਸਰਦਾਰ ਗੁਰਜੰਤ ਸਿੰਘ ਬਾਠ ਵੱਲੋਂ SSP ਦਿਹਾਤੀ ਅੰਮ੍ਰਿਤਸਰ ਨੂੰ ਦਿੱਤੇ ਜਾ ਰਹੇ ਨਸ਼ਿਆਂ ਸੰਬੰਧੀ ਪੱਤਰ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਜੀ। ਪ੍ਰਧਾਨ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਦੁੱਖ ਲੱਗਦਾ ਜਦੋਂ 14-14, 15-15 ਸਾਲਾਂ ਦੇ ਪੁੱਤ ਮਾਵਾਂ ਦੇ ਮਰਦੇ ਜਾ ਰਹੇ ਨੇ, ਉਹ ਘਰ ਵਿਹਲੇ ਹੁੰਦੇ ਜਾ ਰਹੇ ਨੇ, ਜਿਹੜੇ ਘਰ ਮੁੜ ਕੇ ਕਦੀ ਨਹੀਂ ਵਸਣ ਵਾਲਾ। ਯਾਨੀ ਕਿ ਉਸ ਘਰਾਂ ਦੇ ਹਾਲਾਤ ਮੈਂ ਵੇਖ ਚੁੱਕਿਆ, ਜਿੰਨਾ ਦੇ ਘਰਾਂ ਦੇ ਵਿੱਚ ਘਾਹ ਹੋ ਗਿਆ ਵੀ ਉਹਨਾਂ ਦੇ ਪੁੱਤ ਨਸ਼ੇ ਦੇ ਚੱਕਰ ਚ ਵੜ ਗਏ। ਇਸ ਸੰਬੰਧ ਦੇ ਵਿੱਚ ਯਾਨੀ ਕਿ ਇਹ ਕਾਫਲਾ ਤਿਆਰ ਕਰ ਰਹੇ ਅੱਜ ਤੱਕ ਆਪ ਜੀ ਨੇ ਕਿੰਨੀ ਕਾਰਵਾਈ ਕੀਤੀ ਅਤੇ ਕਿਸ ਕਿਸ ਜਗ੍ਹਾ ਗਏ? ਦੇਖੋ ਜੀ, ਬੜਿਆਂ ਲੋਕਾਂ ਨੂੰ ਸਮਝਾ ਕੇ ਔਰ ਨਸ਼ਿਆਂ ਤੋਂ ਦੂਰ ਕੀਤਾ ਹੈ, ਬੜੇ ਹੋਏ ਵੀ ਆ, ਪਰ ਉਹਦੇ ਵਿੱਚ ਯਾਨੀ ਕਿ ਕਈ ਲੋਕ ਦੁੱਧ ਤੋਂ ਨਸ਼ੇ ਨੂੰ ਲੱਗ ਜਾਂਦੇ ਨੇ। ਇਸ ਕਰਕੇ ਮੈਂ ਸੰਗਤ ਨੂੰ ਕਹਿੰਦਾ ਹੈ, ਮੇਰਾ ਨਹੀਂ ਉਸ ਲੋਕਾਂ ਦਾ ਸਾਥ ਦਿਓ ਜਿਨ੍ਹਾਂ ਦੇ ਪੁੱਤ ਮਰਦੇ ਜਾਂਦੇ ਨੇ, ਉਹਨਾਂ ਕਰਕੇ ਉਹਨਾਂ ਧੀਆਂ ਦਾ ਸਾਥ ਦਿਓ ਜਿਨ੍ਹਾਂ ਧੀਆਂ ਜਿਹੜੀਆਂ ਅਜੇ ਕੁਝ ਵੇਖਿਆ ਵੀ ਨਹੀਂ ਹੁੰਦਾ ਅਤੇ ਉਹਨਾਂ ਨੇ ਸਮਝ ਲਓ ਵੀ ਜ਼ਿੰਦਗੀ ਖਰਾਬ ਹੋ ਜਾਂਦੀ ਨੇ, ਔਰ ਵਿਆਹ ਕੇ ਲੈ ਜਾਂਦੇ ਨੇ ਅਤੇ ਕੁਝ ਸਮਾਂ ਬਾਅਦ ਯਾਨੀ ਕਿ ਨਸ਼ੇ ਦੇ ਚੱਕਰ 'ਚ ਟੀਕਾ ਲੱਗਾ ਹੀ ਹੱਥ 'ਚ ਸਰਿੰਜ ਜਿਹੜੀ ਹੈ ਵਾਂਝ ਰਹਿ ਜਾਂਦੀ ਹੈ। ਪ੍ਰਸ਼ਾਸਨ ਉੱਪਰ ਆਪ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਕਿ ਆਪਦਾ ਸਾਥ ਦੇ? ਵੇਖੋ ਜੀ, ਮੈਂ ਕਹਿੰਦਾ ਵਾ, ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਸਰਕਾਰ ਵੱਲੋਂ, ਪੰਜਾਬ ਪੁਲਿਸ ਨੂੰ ਵੀ ਵੱਧ ਤੋਂ ਵੱਧ ਸਾਥ ਦੇਣ। ਅਸੀਂ ਇੱਕ ਥੋੜ੍ਹੇ ਕੁ ਦਿਨਾਂ ਤੱਕ ਯਾਨੀ ਕਿ ਇੱਕ ਕਾਫਲਾ ਤਿਆਰ ਕਰਕੇ, ਇੱਕ ਮੈਜੋਰਿਟੀ ਤਿਆਰ ਕਰਕੇ, ਇੱਕ ਸੰਗਤ ਜਿਹੜੀ ਆ ਲੈ ਕੇ ਸਾਰੀ ਬਾਬਾ ਪਾਲਾ ਸਿੰਘ ਦੇ ਦਰ 'ਤੇ ਪਹੁੰਚ ਕੇ ਉੱਥੇ ਇਕੱਠ ਕੀਤਾ ਜਾਊਗਾ। ਉਹਦੇ ਤੋਂ ਬਾਅਦ ਯਾਨੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜਾ ਕੇ ਅਰਦਾਸ ਕੀਤੀ ਜਾਊਗੀ ਔਰ ਸੰਗਤ ਨੂੰ ਇਹਦੇ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਊਗੀ। ਸੰਗਤ ਦੇ ਦਸਤਕ ਕਰਾਏ ਜਾ ਰਹੇ ਨੇ, ਲੈਟਰ ਤਿਆਰ ਕੀਤੀ ਗਈ ਹੈ, ਪੱਤਰ ਦਿਖਾਇਆ ਜਾਵੇਗਾ? ਹਾਂਜੀ ਜੀ, ਲੈਟਰ ਸਾਡੀ ਤਿਆਰ ਕੀਤੀ ਗਈ ਆ, ਜੋ ਇਹਦੇ ਵਿੱਚ ਅਸੀਂ ਜਲਦੀ ਇਹਦਾ ਸਾਰਾ ਕੁਝ ਕਰਕੇ ਔਰ ਸੰਗਤ ਦੇ ਸਾਈਨ ਜਿਹੜੇ ਆ ਪੇਪਰਾਂ ਦੇ ਹੋ ਵੀ ਰਹੇ ਨੇ ਅਤੇ ਹੋਰ ਵੀ ਜਿਹੜੇ ਆ ਵੀ ਉਹ ਪੇਪਰਾਂ ਦੇ ਸਾਈਨ ਕਰਾ ਕੇ ਵੱਧ ਤੋਂ ਵੱਧ ਸੰਗਤ ਦੇ ਅਸੀਂ SSP ਸਾਹਿਬ ਤੱਕ ਪਹੁੰਚਾਂਗੇ। ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡਾ ਜੋ ਕਿ ਸਾਥ ਦੇਣ, ਅਸੀਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਸਕੀਏ ਔਰ ਅਸੀਂ ਵਧੀਆ ਢੰਗ ਦੇ ਨਾਲ ਨਸ਼ੇ ਨੂੰ ਜਿਹੜੀ ਆ ਠੱਲ ਪਾ ਸਕੀਏ ਔਰ ਨਸ਼ਾ ਬੰਦ ਇਸ ਤਰੀਕੇ ਨਾਲ ਨਹੀਂ ਹੋਣਾ। ਮੈਂ ਬੇਨਤੀ ਕਰਦਾ ਮੇਰੇ ਵੀਰਾਂ ਨੂੰ ਜਿਹੜੇ ਰੋਜ਼ ਮਾਰਚ ਕੱਢਦੇ ਨੇ ਔਰ ਹੋ ਰਹੇ ਨੇ ਵੀ ਅਸੀਂ ਨਸ਼ਾ ਬੰਦ ਕਰ ਦਾਂਗੇ, ਪਰ ਮੈਂ ਵੀ ਇਹ ਚੀਜ਼ ਸੋਚਦਾ ਵੀ ਇੱਕ ਰੋਜ਼ ਮਾਰਚ ਕੱਢ ਕੇ ਨਸ਼ਾ ਬੰਦ ਕਰਾ ਦਿੰਦੇ ਹਾਂ, ਪਰ ਮੈਨੂੰ ਪੱਕਾ ਪਤਾ ਵੀ ਰੋਜ਼ ਮਾਰਚ ਕੱਢਣ ਨਾਲ ਨਸ਼ੇ ਨਹੀਂ ਜੇ ਬੰਦ ਹੋ ਜਾਣੇ। ਨਸ਼ੇ ਕਰਨ ਵਾਲਾ ਬੰਦਾ ਫੜਿਆ ਕਿੱਥੋਂ, ਫੜਿਆ ਕਿੱਥੋਂ, ਲਿਆਇਆ ਅਤੇ ਕਿੱਦਾਂ ਲੈ ਕੇ ਆਇਆ, ਕਿਹੜੇ ਸਾਧਨ 'ਤੇ ਆਇਆ ਅਤੇ ਕਿੱਥੋਂ ਆਇਆ, ਇਹ ਚੀਜ਼ ਜਿੰਨਾ ਚਿਰ ਤੱਕ ਨਹੀਂ ਪਤਾ ਲੱਗੂਗੀ ਤਾਂ ਸਾਡੇ ਪੰਜਾਬ 'ਚੋਂ ਨਸ਼ਾ ਨਹੀਂ ਬੰਦ ਹੋ ਸਕਦਾ। ਇਸ ਕਰਕੇ ਸੰਗਤ ਨੂੰ ਬੇਨਤੀ ਕਰਦਾ ਹੈ, ਨਸ਼ਾ ਫੜਨ ਵਾਲੇ ਬੰਦੇ ਦੇ ਜਿਹੜਾ ਨਜੋ ਔਰ ਧੀਆਂ ਦੇ ਰਖਵਾਲੇ ਸੰਸਥਾ ਜਿਹੜੀ ਆ ਸਾਥ ਦਊਗੀ ਪੂਰੀ ਡਟ ਕੇ, ਜੇ ਕਿਤੇ ਵੀ ਮੁਸ਼ਕਿਲ ਪੈਂਦੀ ਹੈ ਤਾਂ ਸਾਥ ਦੇਵਾਂਗੇ, ਅੱਗੇ ਵੀ ਸੰਗਤ ਦਾ ਸਾਥ ਦਿੱਤਾ ਤਾਂ ਗਾਂਹ ਵੀ ਦਿੰਦੇ ਰਹਾਂਗੇ। ਔਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ, ਪੰਜਾਬ ਲੈਵਲ 'ਤੇ ਨਸ਼ਾ ਬੰਦ ਕਰਾ ਕੇ ਰੱਖਾਂਗੇ। ਸਰਕਾਰਾਂ ਨੇ 5 ਸਾਲ 'ਚ ਕੱਖ ਨਹੀਂ ਕਰਦੀਆਂ, 1 ਸਾਲ ਦੇ ਅੰਦਰ ਅੰਦਰ ਯਾਨੀ ਕਿ ਆਪਾਂ ਇਹ ਚੀਜ਼ ਨੂੰ ਠੱਲ ਪਾਵਾਂਗੇ ਔਰ ਸਰਕਾਰ ਜਿਹੜੀ ਹੈ ਸਾਡਾ ਸਾਥ ਦੇਵੇ, ਅਸੀਂ ਉਹਨਾਂ ਦਾ ਦੇਵਾਂਗੇ, ਫਿਰ ਜਾ ਕੇ ਕਿਤੇ ਨਸ਼ਾ ਬੰਦ ਹੋਣਾ ਹੈ। ਇਹ ਕਰਕੇ ਮੈਂ ਬੇਨਤੀ ਕਰਦਾ ਹੈ, ਆਓ ਰਾਜ ਮਿਲ ਕੇ ਆਪਣੇ ਪੰਜਾਬ ਆਪਣੀ ਸੋਨੇ ਦੀ ਚਿੜੀ ਬਚਾ ਲਈਏ, ਕਿਤੇ ਇਹ ਨਾ ਹੋਵੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਖਤਮ ਹੋ ਜਾਣ। ਜਿਹੜੀ ਅੱਜ ਕੱਲ੍ਹ ਦੀ ਪੀੜ੍ਹੀ ਹੈ, ਥੋੜ੍ਹੇ ਕੁ ਸਮਾਂ ਖਲੋ ਜੋ, 10 ਸਾਲਾਂ ਦਾ, 8 ਸਾਲਾਂ ਦਾ ਔਰ 1 ਸਾਲ ਦਾ ਬੱਚਾ ਵੀ ਨਸ਼ੇ 'ਤੇ ਚੱਲੂਗਾ ਜੇ ਇਹੋ ਹਾਲਾਤ ਰਿਹਾ ਸਾਡੇ ਪੰਜਾਬ ਦਾ, ਉਹ ਫਿਰ ਜੂ ਅਸੀਂ ਕਹਿਣਾ ਵਾ। ਇੱਕ ਗੱਲ ਤਾਂ ਤੁਹਾਨੂੰ ਹੋਰ ਗੱਲ ਦੱਸਦਾ, ਉਹ ਕਹਿੰਦੇ ਜੀ ਅੱਗ ਲੱਗੀ ਆ ਸਾਡੇ ਪਿੰਡ ਤੋਂ ਬਾਹਰ ਸਾਡੇ ਵੱਲ ਨਹੀਂ ਆਉਣੀ, ਔਰ ਮੈਂ ਇਹ ਗੱਲ ਕਹਿੰਦਾ ਜਿਹੜੀ ਅੱਗ ਲੱਗੀ ਆ ਧੂਣੀ ਤੁਖੀ ਆ, ਰੂੜੀ ਦੀ ਤੂੜੀ ਦੀ ਧੂਣੀ ਅਤੇ ਨਸ਼ੇ ਦੀ ਧੂਣੀ ਜਿਹੜੀ ਤੁਖੀ ਆ, ਇਹ ਭਾਈ ਘਰੋ ਘਰ ਆਉਣੀ। ਜੇ ਬੜੇ ਲੋਕ ਸੀ ਜਿਹਨਾਂ ਨੇ ਗੁਰੂ ਆਏ ਸੀ ਕਹਿੰਦੇ ਅਸੀਂ ਕਦੀ ਨਸ਼ਾ ਕੀਤਾ ਨਹੀਂ ਆ ਨਾ ਅਸੀਂ ਕਰਾਂਗੇ, ਅੱਜ ਮੈਂ ਉਹ ਵੀ ਲੋਕ ਵੇਖੇ ਆ ਨਸ਼ੇ ਦੇ ਵਿੱਚ ਰੁੜਦੇ ਜਾ ਰਹੇ ਆ। ਮੈਂ ਸੰਗਤ ਨੂੰ ਬੇਨਤੀ ਕਰਦਾ ਹੈ, ਧੀਆਂ ਦੇ ਰਖਵਾਲੇ ਸੰਸਥਾ ਦਾ ਸਾਥ ਦਿਓ, ਆਪਾਂ ਨਸ਼ੇ ਨੂੰ ਬੰਦ ਕਰੀਏ। ਮੈਂ ਆਪਣੇ ਘਰ ਵਾਸਤੇ ਨਹੀਂ ਕਹਿੰਦਾ, ਮੈਂ ਪੰਜਾਬ ਬਚਾਉਣ ਦੀ ਗੱਲ ਕਰਦਾ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਭਰਾਓ ਔਰ ਸੰਗਤ ਤੱਕ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬ ਹਰਿਆਣਾ ਲਾਈਵ ਨਿਊਜ਼ ਨਾਲ ਗੱਲਬਾਤ ਕਰਨ 'ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ।